ਹੈਲੋ ਜੀ, ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ। ਅਤੇ ਅੱਜ ਅਸੀਂ ਜਾ ਰਹੇ ਸੀਗੇ ਸਰਹੰਦ ਫਤਿਹਗੜ੍ਹ ਸਾਹਿਬ, ਅਤੇ ਇੱਥੇ ਆਪਾਂ ਰੈਡੀ ਹੋ ਗਏ, ਹੁਣੇ ਨਿਕਲੇ ਸੀਗੇ, ਪੂਰਾ ਪੈਕਅਪ ਹੋ ਗਏ ਸੀ, ਕਿਉਂਕਿ ਅੱਜ ਬਿਲਕੁਲ ਵੀ ਧੁੱਪ ਨਹੀਂ ਨਿਕਲੀ। ਅੱਜ ਹੈ 25th of December, ਬਿਲਕੁਲ ਵੀ ਧੁੱਪ ਨਹੀਂ ਨਿਕਲੀ ਔਰ ਫੋਗ ਵੀ ਹਲਕੀ ਹਲਕੀ ਹੋ ਰਹੀ ਸੀ ਇੱਥੇ। ਅਤੇ ਅਸੀਂ ਹਜੇ ਜਸਟ ਸਮਰਾਲੇ ਤੋਂ ਨਿਕਲੇ ਸੀਗੇ। ਅੱਗੇ ਦਾ ਵਿਊ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ। ਅਤੇ ਜਗ੍ਹਾ ਜਗ੍ਹਾ 'ਤੇ ਲੰਗਰ ਲੱਗਿਆ ਹੋਇਆ ਸੀਗਾ, ਅਤੇ ਅਸੀਂ ਰਸਤੇ ਵਿੱਚ 2 ਮਿੰਟ ਰੁਕੇ ਹਾਂ ਔਰ ਇੱਥੇ ਲੰਗਰ ਪ੍ਰਸ਼ਾਦ ਛੱਕ ਰਹੇ ਹਾਂ। ਅਤੇ ਅੱਜ ਦਾ ਵੀਡੀਓ ਮੈਂ ਪੰਜਾਬੀ ਦੇ ਵਿੱਚ ਬਣਾਵਾਂਗੀ। ਚਾਹ ਪਕੌੜੇ ਦਾ ਲੰਗਰ ਲੱਗਿਆ ਹੋਇਆ ਹੈ ਔਰ ਮਾਤਾ ਗੁਜਰੀ ਜੀ ਦੇ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ। ਸੱਚੀ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਸੀ, ਤੁਸੀਂ ਦੇਖ ਹੀ ਸਕਦੇ ਹੋ ਕਿ ਇੰਨੀ ਫੋਗ ਸੀਗੀ, ਬਟ ਫਿਰ ਵੀ ਦੂਰੋਂ ਦੂਰੋਂ ਸੰਗਤਾਂ ਬਹੁਤ ਜ਼ਿਆਦਾ ਮੱਥਾ ਟੇਕਣ ਆ ਰਹੀਆਂ ਸੀਗੀਆਂ। ਅਤੇ ਤੁਸੀਂ ਅੱਗੇ ਵੀਡੀਓ ਵਿੱਚ ਬਣੇ ਰਹੀ ਹੋ ਅਤੇ ਮੈਂ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੀ। ਜਿੰਨਾ ਮੇਰੇ ਕੋਲ ਪੋਸੀਬਲ ਹੋ ਸਕੇ ਮੈਂ ਵੀਡੀਓ ਸ਼ੂਟ ਕਰਾਂਗੀ, ਕਿਉਂਕਿ ਉੱਥੇ ਜਾ ਕੇ ਆਰਾਮ ਨਾਲ ਮੱਥਾ ਟੇਕਣਾ ਹੁੰਦਾ ਹੈ ਅਤੇ ਫੋਨ ਕੈਮਰਾਜ਼ ਅਲਾਓ ਨਹੀਂ ਹੁੰਦੇ, ਤਾਂ ਕਰਕੇ ਜਿੰਨਾ ਮੇਰੇ ਕੋਲ ਹੋ ਸਕੇ ਮੈਂ ਓਨੀ ਵੀਡੀਓ ਬਣਾਈ ਹੈ। ਕਿਰਨ ਪਾਪਾ ਦੀ ਫਿੰਗਰ ਪਕੜ, ਮੈਂ ਕਹਿ ਰਹੀ ਹਾਂ ਕੋਈ ਨੀ ਬੇਟਾ, ਬਿਜਲੀ ਤੋਂ ਠੰਡ ਛੋਟ ਥੋੜ੍ਹਾ ਹੈ ਹੀ ਨਹੀਂ।